ਜਦੋਂ ਗੱਡੀ ਪਹਿਲੀ ਟੱਕਰ ਵੱਜਦੀ ਹੈ ਉਹਦੇ ਵਿੱਚ ਪੰਜ ਸਿੰਘਾਂ ਨੂੰ ਟੱਕਰ ਵੱਜਦੀ ਹੈ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਤਿੰਨ ਸਿੰਘ ਉਹਦੇ ਵਿੱਚ ਬਚਦੇ ਨੇ ਜਿਹਦੇ ਵਿੱਚੋਂ ਇੱਕ ਦਾਸ ਵੀ ਹੈ ਮੇਰੇ ਨਾਲ ਇਹ ਜਿਹੜਾ ਲੜਕਾ ਗੁਰਵਿੰਦਰ ਹੈ ਉਹਨੇ ਲਾਸਟ ਜਿਹੜੇ ਮੇਰੇ ਨਾਲ ਬੋਲ ਬੋਲੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ 250 ਤੇ 300 ਕਿਸਾਨ ਅੱਗੇ ਚੱਲ ਰਿਹਾ ਸੀ ਪਿੱਛੇ ਪਿੱਛੇ ਅਸੀਂ ਸਾਂ ਬੱਚਾ ਮੈਨੂੰ ਪੁੱਛਦਾ ਹੈ ਅੰਕਲ ਜੀ ਟਹਿਣੀ ਆਵੇਗਾ ਮੈਂ ਟਹਿਣੀ ਆਵੇਗਾ ਤੇ ਆਉਣਾ ਤੇ ਸਹੀ ਮੈਂ ਤੇਰੇ ਤੋਂ ਡਰਦਾ ਹੁਣ ਕੋ ਨਹੀਂ ਆਉਂਦਾ ਖੰਡਾ ਬੜਾ ਪਿਆਰਾ ਲੱਗ ਰਿਹਾ ਸੀ ਮੈਨੂੰ ਉਹ ਬੱਚਾ ਪਹਿਲੀ ਵਾਰ ਮਿਲਿਆ ਤੇ ਮੇਰੀ ਜਿਹੜੀ ਅੱਖ ਸੀ ਉਸ ਬੱਚੇ ਦੇ ਵਿੱਚ ਹੀ ਸੀ ਪਤਾ ਨਹੀਂ ਕਿਉਂ ਉਹ ਵੀ ਮੇਰੇ ਨਾਲ ਨਾਲ ਹੀ ਰਿਹਾ ਜੀ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਸ਼ਖਸ ਬੋਲ ਰਿਹਾ ਹੈ ਇਹ ਉਸ ਘਟਨਾ ਦਾ ਚਸ਼ਮਦੀਰ ਗਵਾਹ ਹੈ ਜਿਹਨੇ ਇਹ ਸਾਰਾ ਵਾਕਿਆ ਆਪਣੇ ਇੱਕ ਇੱਕ ਵਾਕਿਆ ਆਪਣੇ ਸਾਹਮਣੇ ਵੇਖਿਆ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਥੋੜ੍ਹਾ ਜਿਹਾ ਸਾਰੇ ਧਿਆਨ ਇੱਧਰ ਨੂੰ ਦਿੱਤਾ ਜਾਵੇ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਵਾਂ ਜਦੋਂ ਗੱਡੀ ਪਹਿਲੀ ਟੱਕਰ ਵੱਜਦੀ ਹੈ ਉਹਦੇ ਵਿੱਚ ਪੰਜ ਸਿੰਘਾਂ ਨੂੰ ਟੱਕਰ ਵੱਜਦੀ ਹੈ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਅਤੇ ਤਿੰਨ ਸਿੰਘ ਉਹਦੇ ਵਿੱਚ ਬਚਦੇ ਨੇ ਜਿਹਦੇ ਵਿੱਚੋਂ ਇੱਕ ਦਾਸ ਵੀ ਹੈ ਵੇਖੋ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਇਹ ਕਿਸਾਨੀ ਦੇ ਨਾਲ ਨਾਲ ਪੰਥ ਨੂੰ ਵੀ ਮੌਕੇ ਦੀ ਸਰਕਾਰ ਦਾ ਇੱਕ ਮੰਤਰੀ ਟੈਣੀ ਨੇ ਵੰਗਾਰਿਆ ਸੀ ਪ੍ਰੋਗਰਾਮ ਖਤਮ ਕਰਕੇ ਰੋਡ 'ਤੇ ਜਾ ਰਹੇ ਸੀ ਸਾਡੇ ਤੋਂ ਅੱਗੇ ਲਗਭਗ 250 ਤੋਂ 300 ਕਿਸਾਨ ਸਨ ਮੇਰੇ ਨਾਲ ਇਹ ਜਿਹੜਾ ਲੜਕਾ ਗੁਰਵਿੰਦਰ ਹੈ ਉਹਨੇ ਲਾਸਟ ਜਿਹੜੇ ਮੇਰੇ ਨਾਲ ਬੋਲ ਬੋਲੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਉਹਨੇ ਮੈਨੂੰ ਇੱਕ ਗੱਲ ਕਹੀ ਆਂਦਾ ਅੰਕਲ ਜੀ ਟਹਿਣੀ ਆਵੇਗਾ ਮੈਂ ਟਹਿਣੀ ਆਉਣਾ ਤਾਂ ਸਹੀ ਖੰਡਾ ਬੜਾ ਪਿਆਰਾ ਲੱਗ ਰਿਹਾ ਸੀ ਮੈਨੂੰ ਉਹ ਬੱਚਾ ਪਹਿਲੀ ਵਾਰ ਮਿਲਿਆ ਅਤੇ ਮੇਰੀ ਜਿਹੜੀ ਅੱਖ ਸੀ ਉਸ ਬੱਚੇ ਦੇ ਵਿੱਚ ਹੀ ਸੀ ਪਤਾ ਨਹੀਂ ਕਿਉਂ ਉਹ ਵੀ ਮੇਰੇ ਨਾਲ ਨਾਲ ਹੀ ਰਿਹਾ ਜੀ ਨਹੀਂ ਜੀ ਹਿੰਦੀ 'ਚ ਨਹੀਂ ਮੈਂ ਬੋਲਾਂਗਾ ਮੈਂ ਪੰਜਾਬੀ ਵਿੱਚ ਬੋਲਾਂਗਾ ਜੀ ਹਾਂਜੀ 250 ਤੇ 300 ਕਿਸਾਨ ਅੱਗੇ ਚੱਲ ਰਿਹਾ ਸੀ ਪਿੱਛੇ ਪਿੱਛੇ ਅਸੀਂ ਸਾਂ ਬੱਚਾ ਮੈਨੂੰ ਪੁੱਛਦਾ ਹੈ ਅੰਕਲ ਜੀ ਟਹਿਣੀ ਆਵੇਗਾ ਮੈਂ ਟਹਿਣੀ ਆਵੇਗਾ ਤੇ ਆਉਣਾ ਤਾਂ ਸਹੀ ਮੈਂ ਤੇਰੇ ਤੋਂ ਡਰਦਾ ਹੁਣ ਕੋ ਨਹੀਂ ਆਉਂਦਾ ਬਸ ਆਹ ਹੀ ਗੱਲਾਂ ਕਰਦੇ ਹੋਏ ਹਾਂ ਥੋੜ੍ਹੇ ਅੱਗੇ ਵਧੇ ਹਾਂ ਸਾਨੂੰ ਨਹੀਂ ਪਤਾ ਲੱਗਾ ਪਿੱਛੋਂ ਗੱਡੀਆਂ ਆ ਰਹੀਆਂ ਨੇ ਸਾਨੂੰ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਅਤੇ ਜਦੋਂ ਮੈਂ ਉੱਠਣਾ ਵਾਂ ਅਤੇ ਅੱਗੇ ਨੂੰ ਮੇਰਾ ਜਦੋਂ ਧਿਆਨ ਜਾਂਦਾ ਹੈ ਮੈਨੂੰ ਸੰਗਤ ਹੀ ਡਿੱਗੀ ਦਿਸੀ ਹੈ ਗੱਡੀਆਂ ਚੱਲਦੀਆਂ ਨਹੀਂ ਗੱਡੀਆਂ ਰੁਕੀਆਂ ਹੀ ਦਿਸੀਆਂ ਨੇ ਜੀ ਤੁਸੀਂ ਇਹ ਹਿਸਾਬ ਲਾ ਲਓ ਵੀ ਗੱਡੀਆਂ ਦੀ ਕਿੰਨੀ ਰਫਤਾਰ ਹੋਏਗੀ ਕਿ ਇੱਕ ਬੰਦਾ ਡਿੱਗ ਕੇ ਉੱਠੇ ਅਤੇ ਅੱਗੇ ਡਿੱਗ ਕੇ ਉੱਠਦਾ ਅਤੇ ਜਦੋਂ ਅਗਾਂਹ ਨੂੰ ਉਹਦਾ ਧਿਆਨ ਜਾਂਦਾ ਅਤੇ ਗੱਡੀਆਂ ਖਲੋਤੀਆਂ ਹੁੰਦੀਆਂ ਨੇ ਇਹ ਤੁਸੀਂ ਆਪ ਅੰਦਾਜ਼ਾ ਲਾ ਲਿਆ ਜੇ ਜੀ ਇਹ ਜਦੋਂ ਮੰਜ਼ਰ ਹੁੰਦਾ ਜਦੋਂ ਗੱਡੀ ਵੱਜਦੀ ਹੈ ਐਡਾ ਅਚਾਨਕ ਹੁੰਦਾ ਹੈ ਕਿ ਇੰਨੀ ਰਫਤਾਰ ਦੇ ਨਾਲ ਇੱਕ ਨਹੀਂ ਤਿੰਨ ਤਿੰਨ ਗੱਡੀਆਂ ਸਾਡੇ ਸ਼ਹੀਦਾਂ ਨੂੰ ਰੋਂਦੀਆਂ ਹੋਈਆਂ ਚਲੀਆਂ ਗਈਆਂ ਇਸ ਘਟਨਾ ਦੀ ਜਿੰਨੀ ਵੀ ਪੂਰੇ ਭਾਰਤ 'ਚ ਨਹੀਂ ਪੂਰੇ ਮੈਂ ਨਾ ਵਿਸ਼ਵ ਵਿੱਚ ਨਿੰਦਿਆ ਹੋਈ ਹੈ ਮੈਂ ਨਾ ਇੰਨੀ ਅੱਜ ਤੱਕ ਹੋ ਸਕਦਾ ਕਦੀ ਵੀ ਇਹੋ ਜਿਹੀ ਘਟਨਾ ਨਹੀਂ ਘਟੀ ਵੀ ਕੁਚਲ ਕੇ ਇੱਕ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਵੇਖੋ ਜਦੋਂ ਵੀ ਕੋਈ ਟਹਿਣੀ ਵਰਗਾ ਨਿਕੰਮਾ ਲੀਡਰ ਵੰਗਾਰਦਾ ਹੈ ਉਦੋਂ ਸ਼ਹਾਦਤਾਂ ਹੁੰਦੀਆਂ ਹਨ ਅਤੇ ਸ਼ਹਾਦਤਾਂ ਦੇਣ ਤੋਂ
सानू असी कभी कुरेज भी नहीं की है। सानू बड़ा फकर है इस शहादत ते, सानू बहुत ही माण है किसानां दे मुद्दे वालों सिकत मोर्चे दे पंजाब ते हरियाणा दे जथेबंदियां ते रोस है कि एडा वड्डा हादसा होण तो बाद मौके ते नहीं आया। चलो देर आए दुरुस्त आए उन्हां दा भी धन्नवाद।